ਪੜਾਣੀਆਂ ਘਰਾਣਾ ਲੱਖ ਦਾਤਾ ਸਰਦਾਰ ਜਵਾਲਾ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਘਰਾਣਾ ਆਪਣੇ ਪ੍ਰਸਿੱਧ ਸੂਰਬੀਰਾਂ ਅਤੇ ਅਦੁੱਤੀ ਦਾਨੀ ਹੋਣ ਦੇ ਕਾਰਨ ਸਾਰੇ ਪੰਜਾਬ ਵਿੱਚ ਖਾਸ ਮਹੱਤਤਾ ਰੱਖਦਾ ਹੈ। ਇਸ ਖਾਨਦਾਨ ਵਿੱਚ ਗੁਰਸਿੱਖੀ ਦੀ ਦਾਤ ਪਹਿਲਾਂ ਪਹਿਲ ਮਾਨਯੋਗ ਸਰਦਾਰ ਸੁੱਖਾ ਸਿੰਘ ਨੇ ਸਣੇ ਆਪਣੇ ਦੋਹਾਂ ਆਗਿਆਕਾਰ ਪੁੱਤਰਾਂ ਸਰਦਾਰ ਮਿਤ ਸਿੰਘ ਅਤੇ ਸਹਿਬ ਸਿੰਘ ਨੇ ਪ੍ਰਾਪਤ ਕੀਤੀ। ਸਰਦਾਰ ਮਿਤ ਸਿੰਘ ਦੀ ਵੀਰਤਾ ਅਤੇ ਸੁਗੜਤਾ ਦੇ ਕਾਰਨਾਮਿਆਂ ਦੇ ਕਾਰਨ ਇਸ ਘਰਾਣੇ ਨੇ ਵੱਡੀ ਪ੍ਰਸਿੱਧਤਾ ਪ੍ਰਾਪਤ ਕੀਤੀ। ਸਰਦਾਰ ਮਿਤ ਸਿੰਘ ਦਾ ਸਰਦਾਰ ਮਹਾਂ ਸਿੰਘ ਸ਼ੁਕਰ ਚੱਕੀਏ ਨਾਲ ਖਾਸ ਸਨੇਹ ਸੀ। ਸਮੇਂ ਦੀ ਲੋੜ ਅਨੁਸਾਰ ਇਹ ਇੱਕ ਦੂਜੇ ਦੇ ਸਹਾਈ ਬਣੇ ਰਹੇ। ਸਰਦਾਰ ਮਹਾਂ ਸਿੰਘ ਦਾ ਜੀਵਨ ਬਹੁਤ ਲੰਬਾ ਨਹੀਂ ਸੀ। ਉਹ ਕੇਵਲ 27 ਸਾਲ ਦੀ ਜਵਾਨ ਅਵਸਥਾ ਵਿੱਚ 10 ਮਾਰਚ ਸੰਨ 1792 ਵਿੱਚ ਪੇਚਿਸ ਦੀ ਬਿਮਾਰੀ ਨਾਲ ਚੜ੍ਹਾਈ ਕਰ ਗਿਆ। ਇਹ ਬੜੀ ਅਚਰਜਤਾ ਦੀ ਗੱਲ ਹੈ ਕਿ ਜਿਹਾ ਸਰਦਾਰ ਮਹਾਂ ਸਿੰਘ ਆਪਣੇ ਪਿਤਾ ਸਰਦਾਰ ਚੜ੍ਹਤ ਸਿੰਘ ਦੇ ਘਰ ਇਕਲੌਤਾ ਪੁੱਤਰ ਸੀ, ਉਸੇ ਤਰ੍ਹਾਂ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਰਦਾਰ ਮਹਾਂ ਸਿੰਘ ਦੇ ਘਰ ਇੱਕੋ ਲਾਲ ਸੀ। ਸ਼ੇਰੇ ਪੰਜਾਬ ਦੀ ਬਾਲ ਅਵਸਥਾ ਵਿੱਚ ਪ੍ਰਤਪਾਲਣਾ ਕਰਨੀ, ਸਰਦਾਰ ਮਹਾਂ ਸਿੰਘ ਦੀਆਂ ਅੱਖਾਂ ਮੀਟਣ ਸਮੇਂ ਲਾਡਲੇ ਰਣਜੀਤ ਸਿੰਘ ਦੀ ਉਮਰ 10 ਸਾਲਾਂ ਤੋਂ ਵੀ ਘੱਟ ਸੀ। ਇਸ ਬਾਲਕ ਦੇ ਸਿਰ ਤੋਂ ਪਿਤਾ ਦਾ ਛਤਰ ਉੱਠ ਜਾਣ ਕਾਰਨ ਇਹ ਸੰਸਾਰ 'ਤੇ ਇੰਨੇ ਧੰਦਿਆਂ ਦੇ ਸਾਂਭਣ ਲਈ ਇਕੱਲਾ ਰਹਿ ਗਿਆ। ਇਸ ਦਾ ਭਾਰੀ ਬੋਝ ਇਸ ਨੂੰ ਆਪਣੇ ਹੇਠਾਂ ਡਾਢਾ ਦਬਾ ਰਿਹਾ ਸੀ, ਪਰ ਕੁਦਰਤ ਨੇ ਤਾਂ ਇਸ ਨੂੰ ਕਿਸੇ ਮਹਾਨ ਕਾਰਜ ਦੀ ਸੰਪੂਰਨਤਾ ਲਈ ਜਨਮ ਦਿੱਤਾ ਸੀ। ਇਸ ਲਈ ਬਾਲ ਅਵਸਥਾ ਵਿੱਚ ਇਸ ਦੇ ਭਾਰ ਨੂੰ ਹੌਲਾ ਕਰਨ ਅਤੇ ਸਹਾਰੇ ਲਈ ਇਸ ਦੇ ਸਿਰ ਪਰ ਦੋ ਐਸੀਆਂ ਸੁਗੜ ਹਸਤੀਆਂ ਖੜੀਆਂ ਕਰ ਦਿੱਤੀਆਂ ਜਿਨ੍ਹਾਂ ਦੀ ਸ਼ੁੱਭ ਸਿੱਖਿਆ ਅਤੇ ਸੰਗਤ ਨਾਲ ਉਹ ਉਹਨਾਂ ਸਾਰਿਆਂ ਮਹਾਨ ਗੁਣਾਂ ਵਿੱਚ ਨਿਪੁੰਨ ਹੋ ਗਿਆ ਜਿਹੜੇ ਕਿਸੇ ਉੱਚੇ ਪਾਏ ਦੇ ਆਗੂ ਲਈ ਲੋੜੀਂਦੇ ਹਨ। ਉਹਨਾਂ ਦੋਹਾਂ ਵਿਅਕਤੀਆਂ ਵਿੱਚ ਇੱਕ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਰਾਣੀ ਸਦਾ ਕੌਰ ਸੀ, ਜਿਹੜੀ ਇਸਤਰੀ ਜਾਤੀ ਦੀ ਪੱਤ ਨੂੰ ਧੂਰ ਆਕਾਸ਼ 'ਤੇ ਸੂਰਜ ਵਾਂਗ ਚਮਕਾ ਗਈ ਹੈ, ਅਤੇ ਦੂਜਾ ਸਹਾਇਕ ਮਾਣਯੋਗ ਸਰਦਾਰ ਮਿਤ ਸਿੰਘ ਸੀ। ਸਰਦਾਰ ਮਿਤ ਸਿੰਘ ਨੂੰ ਇਸ ਗੱਲ ਦੀ ਸਦੀਵੀ ਵਡਿਆਈ ਪ੍ਰਾਪਤ ਹੈ ਕਿ ਸ਼ੇਰੇ ਪੰਜਾਬ ਨੂੰ ਇੰਨੇ ਉੱਚੇ ਗੁਣਾਂ ਨਾਲ ਭੂਸ਼ਿਤ ਕਰਨ ਵਿੱਚ ਬਹੁਤ ਸਾਰਾ ਹਿੱਸਾ ਇਸੇ ਪੜਾਣੀਏ ਸਰਦਾਰ ਨੇ ਹੀ ਲਿਆ ਸੀ। ਇੱਥੇ ਹੀ ਬਸ ਨਹੀਂ, ਸਰਦਾਰ ਮਿਤ ਸਿੰਘ ਇਸ ਮਾਣ ਦਾ ਵੀ ਯੋਗ ਹੱਕਦਾਰ ਸੀ ਕਿ ਜਦ ਸ਼ੇਰੇ ਪੰਜਾਬ ਜਵਾਨ ਹੋਇਆ ਤਾਂ ਇਸ ਨੂੰ ਪਿਆਰੇ ਪੰਜਾਬ ਨੂੰ ਗੈਰਾਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਵਾਲੇ ਪ੍ਰੇਰਕਾਂ ਵਿੱਚੋਂ ਆਪ ਦਾ ਨਾਮ ਖਾਸ ਲਿਖਤ ਯੋਗ ਹੈ। ਖਾਲਸਾ ਰਾਜ ਦੇ ਵਾਧੇ ਲਈ ਹੋਰ ਕਾਲਾ ਪਿੰਡੀ ਭੱਟੀਆਂ ਅਤੇ ਚਨੋੜ ਦੇ ਸੰਗਰਾਮਾਂ ਵਿੱਚ ਆਪ ਨੇ ਵੱਧ ਚੜ੍ਹ ਕੇ ਤੇਗ ਚਲਾਈ। ਇਸ ਕਾਰਨਾਮੇ ਬਾਰੇ ਮਹਾਰਾਜਾ ਰਣਜੀਤ ਸਿੰਘ ਨੇ ਆਪ ਨੂੰ ਵੱਡੀ ਜਾਗੀਰ ਬਖਸ਼ੀ। ਇਸ ਦੇ ਉਪਰੰਤ ਕਸੂਰ ਦੇ ਖੇਸ਼ਗੀ ਪਠਾਣਾ ਨਾਲ ਖਾਲਸੇ ਦੀ ਜ਼ੋਰ ਅਜਮਾਈ ਦਾ ਸਮਾਂ ਆਇਆ, ਜਿਸ ਵਿੱਚ ਆਪ ਨੇ ਵੱਡਾ ਨਾਮਣਾ ਪਾਇਆ। ਸੀਸ ਵਾਰਨਾ। ਇਹਨਾਂ ਉਪਰੋਕਤ ਕਾਰਨਾਮਿਆਂ ਤੋਂ ਛੁੱਟ ਆਪ ਦੇ ਜੀਵਨ ਦਾ ਸਭ ਤੋਂ ਵੱਡਾ ਕਰਤੱਵ, ਜਿਸ ਨਾਲ ਆਪ ਦਾ ਅਤੇ ਆਪ ਦੇ ਮਾਣਯੋਗ ਘਰਾਣੇ ਦਾ ਨਾਮ ਸਦਾ ਲਈ ਅਮਿੱਟ ਹੋ ਗਿਆ ਸੀ,
ਉਹ ਸੰਨ 1814 ਵਾਲੀ ਕਸ਼ਮੀਰ ਦੀ ਮੁਹਿੰਮ ਸੀ। ਇਸ ਸਮੇਂ ਆਪ ਨੇ ਆਪਣਾ ਸੀਸ ਤਲੀ 'ਤੇ ਰੱਖ ਕੇ ਵੈਰੀ ਦੀਆਂ ਸਫ਼ਾਂ ਦਾ ਐਸਾ ਸਫਾਇਆ ਕੀਤਾ ਕਿ ਇਕੱਲੇ ਹੱਥ ਕਈਆਂ ਨੂੰ ਤਲਵਾਰ ਦੀ ਧਾਰ ਤੋਂ ਪਾਰ ਬੁਲਾਇਆ। ਇਸ ਤਰ੍ਹਾਂ ਕਈਆਂ ਗਨੀਮਾਂ ਦੇ ਟਾਕਰੇ 'ਤੇ ਹੱਥੋ ਹੱਥ ਲੜਦਿਆਂ ਆਪ ਨੂੰ ਇੱਕ ਬਰਸ਼ੀ ਦਾ ਇੰਨਾ ਕਰੜਾ ਘਾਉ ਲੱਗਾ ਜਿਸ ਨਾਲ ਆਪ ਦਾ ਭੌਰ ਉੱਥੇ ਹੀ ਉਡਾਰੀਆਂ ਲਾ ਗਿਆ। ਸਰਦਾਰ ਜਵਾਲਾ ਸਿੰਘ ਅਤੇ ਸ਼ੇਰੇ ਪੰਜਾਬ ਦੀ ਪ੍ਰਤਿਗਿਆ। ਸਰਦਾਰ ਮਿੱਤ ਸਿੰਘ ਦੀ ਖਾਲਸਾ ਰਾਜ ਲਈ ਇਸ ਵਡਮੁੱਲੀ ਕੁਰਬਾਨੀ ਦਾ ਅਸਰ ਸ਼ੇਰੇ ਪੰਜਾਬ ਦੇ ਮਨ 'ਤੇ ਐਸਾ ਡੂੰਘਾ ਪਿਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਜੀਵਨ ਵਿੱਚ ਕਦੇ ਨਾ ਭੁੱਲਿਆ। ਆਪ ਨੇ ਇੱਕ ਭਰੇ ਦਰਬਾਰ ਵਿੱਚ ਸਰਦਾਰ ਮਿੱਤ ਸਿੰਘ ਦੀ ਰਾਜ ਭਗਤੀ ਦੀ ਸ਼ਲਾਘਾ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਕੀਤੀ ਅਤੇ ਨਾਲ ਇਹ ਵੀ ਪ੍ਰਤਿਗਿਆ ਕੀਤੀ ਸੀ ਕਿ ਜਿਸ ਤਰ੍ਹਾਂ ਬਾਲ ਅਵਸਥਾ ਵਿੱਚ ਹੀ ਸਰਦਾਰ ਮਿੱਤ ਸਿੰਘ ਨੇ ਮੇਰੇ ਪਿਤਾ ਜੀ ਦੇ ਚਲਾਣੇ ਦੇ ਬਾਅਦ ਮੇਰੀ ਪਰਵਰਿਸ਼ ਕੀਤੀ ਸੀ, ਉਸੇ ਤਰ੍ਹਾਂ ਮੈਂ ਵੀ ਹੁਣ ਸਰਦਾਰ ਮਿੱਤ ਸਿੰਘ ਦੇ ਪਿੱਛੇ ਰਹਿ ਗਏ ਨਿੱਕੇ ਸਪੁੱਤਰ ਜਵਾਲਾ ਸਿੰਘ ਦੀ ਪ੍ਰਤਪਾਲਣਾ ਆਪਣਾ ਧਰਮ ਸਮਝ ਕੇ ਕਰਾਂਗਾ। ਸ਼ੇਰੇ ਪੰਜਾਬ ਨੇ ਆਪਣੀ ਇਸ ਪ੍ਰਤਿਗਿਆ ਨੂੰ ਪੂਰੀ ਤਰ੍ਹਾਂ ਨਿਭਾਇਆ। ਸਰਦਾਰ ਜਵਾਲਾ ਸਿੰਘ ਨੂੰ ਇਸੇ ਨਿੱਕੀ ਉਮਰ ਵਿੱਚ ਆਪਣੇ ਪਿਤਾ ਦੀ ਸਾਰੀ ਜਾਗੀਰ ਜੋ 1,25,000 ਰੁਪਏ ਸਾਲਾਨਾ ਆਮਦਨੀ ਸੀ ਦੇ ਦਿੱਤੀ। ਸ਼ੇਰੇ ਪੰਜਾਬ ਵਾਲੇ ਗੁਣ। ਸਰਦਾਰ ਜਵਾਲਾ ਸਿੰਘ ਦੀ ਪ੍ਰਤਪਾਲਣਾ ਸ਼ੇਰੇ ਪੰਜਾਬ ਦੀ ਆਪਣੀ ਨਿਗਰਾਨੀ ਵਿੱਚ ਹੋਈ ਸੀ, ਇਸ ਲਈ ਬਹੁਤ ਸਾਰੇ ਉੱਚ ਗੁਣ ਜਿਹੜੇ ਸ਼ੇਰੇ ਪੰਜਾਬ ਦੇ ਜੀਵਨ ਵਿੱਚ ਪਾਏ ਜਾਂਦੇ ਸਨ, ਉਹਨਾਂ ਵਿੱਚੋਂ ਬਹੁਤ ਸਾਰੇ ਸਰਦਾਰ ਜਵਾਲਾ ਸਿੰਘ ਦੇ ਵਿੱਚ ਵੀ ਮਿਲਦੇ ਸਨ। ਜਿਵੇਂ ਕਿ ਉਹ ਸਰਕਾਰ ਵਾਂਗ ਬਹਾਦਰ ਸੀ, ਉਸੇ ਤਰ੍ਹਾਂ ਵੱਡਾ ਉਦਾਰ ਚਿੱਤ ਅਤੇ ਬਖਸ਼ੀਸ਼ ਸੁਭਾਅ ਦਾ ਮਾਲਕ ਸੀ। ਉਸ ਸਮੇਂ ਸਾਰੇ ਸਰਦਾਰਾਂ ਵਿੱਚ ਇਹ ਗੱਲ ਮੰਨੀ ਜਾਂਦੀ ਸੀ ਕਿ ਸਰਦਾਰ ਜਵਾਲਾ ਸਿੰਘ ਵਰਗਾ ਖੁੱਲ੍ਹ ਦਿਲਾਦਾਨੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਉੱਤਰ ਕੇ ਹੋਰ ਕੋਈ ਨਹੀਂ ਸੀ ਮਿਲਦਾ। ਸਰਦਾਰ ਜਵਾਲਾ ਸਿੰਘ ਦੀ ਅਦੁੱਤੀ ਉਦਾਰ ਚਿੱਤੀ, ਆਪ ਦੀ ਖੁੱਲ੍ਹ ਦਿਲੀ ਦੀਆਂ ਅਨੇਕਾਂ ਮਿਸਾਲਾਂ ਵਿੱਚੋਂ ਕੁਝ ਕੁ ਪ੍ਰਸਿੱਧ ਇੱਥੇ ਦਿੰਦਾ ਹਾਂ। ਸਰਦਾਰ ਵਿਸਾਖਾ ਸਿੰਘ ਚਮਿਆਰੀ ਵਾਲਾ ਸਹਿਜਾਦਾ ਸ਼ੇਰ ਸਿੰਘ ਦੀ ਕਸ਼ਮੀਰ ਦੀ ਗਵਰਨਰੀ ਸਮੇਂ ਨਾਜ਼ਮ ਖਜ਼ਾਨਾ ਸੀ। ਆਪ ਦੀ ਤਹਿਤ ਵਿੱਚ ਕਈ ਕਸ਼ਮੀਰੀ ਮੁਤਸਦੀ ਸਨ ਜਿਹੜੇ ਰਜਿਸਟਰਾਂ ਦੀ ਲਿਖਤ ਪੜ੍ਹਤ ਅਤੇ ਹਿਸਾਬ ਰੱਖਣ ਦਾ ਕੰਮ ਕਰਦੇ ਸਨ। ਸਰਦਾਰ ਵਿਸਾਖਾ ਸਿੰਘ ਸੁਭਾਵਕ ਬੜਾ ਨੇਕ ਪੁਰਸ਼ ਸੀ ਅਤੇ ਉਹ ਆਪਣੇ ਮੁਨਸ਼ੀਆਂ 'ਤੇ ਲੋੜ ਤੋਂ ਵੱਧ ਭਰੋਸਾ ਰੱਖਦਾ ਸੀ। ਸੰਸਾਰ 'ਤੇ ਬਹੁਤ ਘੱਟ ਲੋਕ ਐਸੇ ਹੋਣਗੇ ਜਿਹੜੇ ਕਿਸੇ ਦੇ ਭਰੋਸੇ ਦੀ ਸੁਚੱਜਤਾ ਨਾਲ ਵਰਤੋਂ ਜਾਣਦੇ ਹਨ। ਸਰਦਾਰ ਜੀ ਦੀ ਇਸ ਕਿਰਿਆ ਦਾ ਅਯੋਗ ਲਾਭ ਪ੍ਰਾਪਤ ਕਰਕੇ ਇਹਨਾਂ ਮੁਨਸ਼ੀਆਂ ਅਤੇ ਸੰਦੂਕ ਬਰਦਾਰਾਂ ਖਜ਼ਾਨੇ ਦਾ ਬਹੁਤ ਸਾਰਾ ਰੁਪਇਆ ਗਬਨ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਜਦ ਸਰਦਾਰ ਵਿਸਾਖਾ ਸਿੰਘ ਨੂੰ ਲਾਹੌਰ ਬੁਲਾ ਕੇ ਹਿਸਾਬ ਦੀ ਪੜਤਾਲ ਕਰਵਾਈ ਤਾਂ 1,25,000 ਰੁਪਏ ਦਾ ਘਾਟਾ ਨਿਕਲਿਆ। ਸਰਦਾਰ ਵਿਸਾਖਾ ਸਿੰਘ ਬੜਾ ਪਤਵੰਤਾ ਸਰਦਾਰ ਸੀ। ਇੱਕ ਪਾਸੇ ਇਸ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਨਾਰਾਜ਼ਗੀ ਦਾ ਡਰ, ਦੂਜਾ ਆਪਣੀ ਇੱਜ਼ਤ ਨੂੰ ਖਤਰੇ ਵਿੱਚ ਦੇਖ ਕੇ ਉਹ ਡਾਢਾ ਘਬਰਾ ਗਿਆ। ਸਰਦਾਰ ਵਿਸਾਖਾ ਸਿੰਘ ਬਦਲੇ 1,25,000 ਰੁਪਇਆ ਤਾਰਨਾ। ਇਸ ਭੈ ਦਾ ਸਰਦਾਰ ਵਿਸਾਖਾ ਸਿੰਘ ਦੇ ਮਨ 'ਤੇ ਬੜਾ ਭੈੜਾ ਅਸਰ ਪਿਆ ਜਿਸ ਨਾਲ ਉਸ ਦੀ ਹੋਸ਼ ਟਿਕਾਣੇ ਨਾ ਰਹੀ। ਇਸ ਸਮੇਂ ਸੰਯੋਗ ਨਾਲ
ਸਰਦਾਰ ਜਵਾਲਾ ਸਿੰਘ ਦਰਬਾਰ ਵੱਲ ਆ ਰਿਹਾ ਸੀ। ਉਸ ਨੂੰ ਤੱਕ ਕੇ ਸਰਦਾਰ ਵਿਸਾਖਾ ਸਿੰਘ ਸਰਦਾਰ ਜਵਾਲਾ ਸਿੰਘ ਦੇ ਸਾਹਮਣੇ ਜਾ ਖਲੋਤਾ ਤੇ ਥਰ ਥਰ ਕੰਬਦੇ ਨੇ ਆਖਿਆ, ਲੱਖ ਦਾਤਾ ਸਰਦਾਰ ਜੀ, ਮੇਰੀ ਪੱਤ ਵੱਡੇ ਖਤਰੇ ਵਿੱਚ ਹੈ, ਆਪਣੇ ਸਤਿਗੁਰੂ ਦੇ ਵਾਸਤੇ ਮੇਰੀ ਇੱਜ਼ਤ ਬਚਾ ਲਓ। ਸਰਦਾਰ ਵਿਸਾਖਾ ਸਿੰਘ ਦੀ ਐਸੀ ਤਰਸਯੋਗ ਦਸ਼ਾ ਦੇਖ ਕੇ ਸਰਦਾਰ ਜਵਾਲਾ ਸਿੰਘ ਦਾ ਮਨ ਭਰ ਆਇਆ ਤੇ ਆਪ ਕਿਸੇ ਲੰਬੀ ਸੋਚ ਵਿੱਚ ਪੈਣ ਤੋਂ ਬਿਨਾਂ ਹੀ ਸਿੱਧੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਤੇ ਬੇਨਤੀ ਕੀਤੀ ਕਿ ਸਰਦਾਰ ਵਿਸਾਖਾ ਸਿੰਘ ਦੀ ਕਮੀ ਦੇ ਰੁਪਏ ਦਾ ਮੈਂ ਜ਼ਿੰਮੇਵਾਰ ਹਾਂ, ਅੱਜ ਲੋਢੇ ਪੈਰ ਤੱਕ ਸਾਰੇ ਰੁਪਏ ਮੈਂ ਤਾਰ ਦਿਆਂਗਾ ਅਤੇ ਇਸ ਨੂੰ ਬਖਸ਼ ਦਿੱਤਾ ਜਾਏ। ਮਹਾਰਾਜਾ ਰਣਜੀਤ ਸਿੰਘ ਨੇ ਇਸ ਵਿੱਚ ਕੀ ਉਜ਼ਰ ਕਰਨਾ ਸੀ। ਠੀਕ ਸਮੇਂ ਸਿਰ ਸਰਦਾਰ ਜਵਾਲਾ ਸਿੰਘ ਨੇ 1,25,000 ਰੁਪਈਆ ਸਰਕਾਰੀ ਖਜ਼ਾਨੇ ਵਿੱਚ ਦਾਖਲ ਕਰਕੇ ਇਸ ਪਤਵੰਤੇ ਦੀ ਪੱਤ ਨੂੰ ਇਸ ਤਰ੍ਹਾਂ ਬਚਾ ਲਿਆ। ਇਹ ਗੱਲ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਇਹ 1,25,000 ਰੁਪਈਆ ਸਰਦਾਰ ਜਵਾਲਾ ਸਿੰਘ ਨੇ ਨਾ ਕਿਸੇ ਤੋਂ ਮੁੜ ਮੰਗਿਆ ਤੇ ਨਾ ਹੀ ਕਿਸੇ ਨੇ ਇਸ ਨੂੰ ਮੋੜ ਕੇ ਦਿੱਤਾ। ਇਸ ਤੋਂ ਅਸੀਂ ਸੌਖੇ ਹੀ ਅਨੁਭਵ ਕਰ ਸਕਦੇ ਹਾਂ ਕਿ ਸਰਦਾਰ ਜਵਾਲਾ ਸਿੰਘ ਕੈਸੇ ਵਿਸ਼ਾਲ ਹਿਰਦੇ ਦਾ ਮਾਲਕ ਸੀ। ਆਪ ਨੇ ਆਪਣੀ ਬਿਮਾਰੀ ਸਮੇਂ ਵੀ ਲੱਖਾਂ ਰੁਪਏ ਧਰਮ ਕਾਰਜਾਂ ਲਈ ਦਾਨ ਕੀਤੇ ਸਨ। ਇਹੀ ਕਾਰਨ ਹੈ ਕਿ ਸਰਦਾਰ ਜਵਾਲਾ ਸਿੰਘ ਦਾ ਨਾਮ ਅਜੇ ਤੀਕ ਵੀ ਬੱਚੇ ਬੱਚੇ ਨੂੰ ਯਾਦ ਹੈ। ਇਹ ਸਾਰੇ ਗੁਣ ਆਪ ਨੇ ਆਪਣੇ ਕਿਰਪਾਲੂ ਮਹਾਰਾਜਾ ਰਣਜੀਤ ਸਿੰਘ ਤੋਂ ਗ੍ਰਹਿਣ ਕੀਤੇ ਸਨ। ਆਪ ਬੜੀ ਪੱਤ ਤੇ ਸ਼ਾਨ ਨਾਲ ਆਪਣਾ ਜੀਵਨ ਬਤੀਤ ਕਰਦੇ ਹੋਏ ਸਨ 1835 ਦੀਆਂ ਗਰਮੀਆਂ ਵਿੱਚ ਸੰਸਾਰ ਤੋਂ ਚੜ੍ਹਾਈ ਕਰ ਗਏ, ਪਰ ਆਪਣਾ ਨਾਮ ਸਦਾ ਲਈ ਜਿਉਂਦਾ ਛੱਡ ਗਏ। ਇਸ ਘਰਾਣੇ ਦੀਆਂ ਰਾਜ ਲਈ ਹੋਰ ਕਾਲਾ ਸਰਦਾਰ ਜਵਾਲਾ ਸਿੰਘ ਦੇ ਬਾਅਦ ਆਪ ਦਾ ਪੁੱਤਰ ਸਰਦਾਰ ਹਰਦਿੱਤ ਸਿੰਘ ਤੇ ਪੋਤਰਾ ਸਰਦਾਰ ਸਾਧੂ ਸਿੰਘ ਵੀ ਖਾਲਸਾ ਰਾਜ ਦੀ ਫੌਜੀ ਅਤੇ ਮੁਲਕੀ ਸੇਵਾ ਵੱਧ ਵੱਧ ਕੇ ਕਰਦੇ ਰਹੇ। ਹਵਾਲਾ ਖਾਲਸਾ ਰਾਜ ਦੇ ਉਸਰੀਏ ਆਵਾਜ਼ ਭਾਈ ਗੁਰਜੰਡ ਸਿੰਘ ਰੂਪੋ ਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।